ਸਤਿ ਅਕਾਲ ਵੀਰ ਜੀ, ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੋਗ 'ਚ। ਅਤੇ ਆਪਣਾ ਜੀ ਅੱਜ ਦਾ ਵਲੋਗ ਹੈ ਜੀ, ਆਪਾਂ ਕੱਲ੍ਹ ਦੇ ਮਸ਼ੀਨ ਲੈ ਕੇ ਆਏ ਬਾਰਡਰ ਏਰੀਆ, ਉਹ ਸਾਹਮਣੇ ਇੱਧਰ ਅੱਗੇ ਪਾਕਿਸਤਾਨ ਆ ਗਿਆ ਅਤੇ ਆਹ ਸਾਹਮਣੇ ਚੱਲਣ ਦੀ ਕੰਬਾਈਨ ਆਪਣੀ ਇੱਧਰ, ਅਤੇ ਤਕਰੀਬਨ ਜੀ ਕੰਮ ਰਹਿ ਗਿਆ ਜੀ ਲਗਭਗ 2-4 ਕੁ ਦਿਨ ਦਾ ਹੈਗਾ ਇੱਥੇ ਆਪਣੇ ਕੋਲ, ਅਤੇ 100-150 ਕਿੱਲੇ ਦੇ ਲਗਭਗ ਹੋ ਜਾਊਗਾ। 2 ਦਿਨ ਹੋਰ ਚੱਲਦੀ ਨਹੀਂ, 4 ਦਿਨ ਹੋਰ ਚੱਲੂਗੀ, ਉਦੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕਿੱਧਰ ਕਿਹੜੇ ਸਾਈਡ ਨੂੰ ਜਾਣਾ, ਘਰੇ ਠੱਲ ਨਹੀਂ ਆ ਕੇ ਕਿਤੇ ਜਾਵਾਂਗੇ, ਇਹ ਬਾਅਦ 'ਚ ਪਤਾ ਲੱਗੂਗਾ। ਅਤੇ ਬਾਕੀ ਸੀਜ਼ਨ ਜੀ ਮਸ਼ੀਨਾਂ ਦਾ ਏਰੀਆ ਨਾ ਤਕਰੀਬਨ ਆਪਣੇ ਏਰੀਆ ਤਕਰੀਬਨ ਹੋਊਗਾ ਜੀ 150-200 ਦੇ ਲਗਭਗ ਹੋ ਜਾਣਾ। 150 ਤਾਂ ਆਪਾਂ ਪਿੰਡ ਵੱਡ ਹੈ ਅਤੇ 100-250-300 ਦੇ ਨੇੜੇ ਤੇੜੇ ਹੋਊਗਾ, ਕਿਉਂਕਿ ਮਸ਼ੀਨਾਂ ਜਿਹੜਾ ਕਿਸੇ ਮਸ਼ੀਨ ਦਾ 300 ਹੋਜੂਗਾ ਅਤੇ ਕਿਸੇ ਦਾ ਹੋ ਜਾਣਾ ਜੀ 200-250, ਕਿਸੇ ਦਾ ਆਪਣਾ 200 ਤਾਂ ਰਹਿ ਜੂਗਾ, ਕੋਈ 150 ਅਤੇ ਕੋਈ 300, ਅਤੇ ਇਹ ਹਿਸਾਬ ਨਾਲ ਏਰੀਆ ਚੱਲਣਾ ਐਤਕੀ। ਅਤੇ ਉਹ ਸਾਹਮਣੇ ਆਪਾਂ ਵੱਢਣੀ ਆ, ਉਹ ਸਾਹਮਣੇ ਕਰ ਰਿਹਾ ਆਪਣੀ ਕੰਬਾਈਨ ਚੱਲੀ ਆ ਜੀ, ਕੱਲ੍ਹ ਆਪਾਂ ਚਾਲੂ ਕੀਤੀ ਆ। ਸਾਹਮਣੇ ਉਹ ਤੁਹਾਨੂੰ ਦਿਖ ਰਿਹਾ, ਉੱਥੋਂ ਸ਼ੁਰੂ ਕੀਤੀ ਆ ਸਵੇਰੇ, ਅਤੇ ਤਕਰੀਬਨ 40 ਕਿੱਲੇ ਹੋ ਗਿਆ ਅੱਜ ਕੱਲ੍ਹ ਦੇ ਵਿੱਚ। 40 ਕਿੱਲਿਆਂ ਨੂੰ ਆਪਾਂ ਹੱਥ ਫੇਰ ਦਿੱਤਾ। ਆਪਾਂ ਭਾਅ ਜੀ ਇਹਨਾਂ ਦੀ ਫਸਲ ਵੱਢ ਰਹੇ ਪਿੰਡ ਦੇ। ਦੱਸ ਤੇਰਾ ਨਾਂ ਕੀ ਆ? ਦਲਜੀਤ ਆ। ਏਰੀਆ ਕਿਹੜਾ ਤੇਰਾ, ਪਿੰਡ ਕਿਹੜਾ? ਹਰੂਵਾਲਾ। ਇਹ ਜੀ ਬਾਰਡਰ ਏਰੀਏ ਦੇ ਬੰਦੇ ਆ, ਇਹਨਾਂ ਦੀ ਬੋਲੀ ਤਾਂ ਤੁਸੀਂ ਦੱਸਿਆ ਵੀ ਕਿੱਥੇ ਥੋੜ੍ਹਾ ਜਿਹਾ ਬੋਲੀ ਵਾਲਾ ਫਰਕ ਪੈਂਦਾ। ਆਪਣੇ ਜਿਹੜਾ ਆਪਣਾ ਏਰੀਆ ਥੋੜ੍ਹਾ ਜਿਹਾ ਬਾਰਡਰ ਤੋਂ 20 ਕਿਲੋਮੀਟਰ ਪਿੱਛੇ ਆ, ਅਤੇ ਇਹ ਬਾਰਡਰ ਏਰੀਏ ਦੇ ਬੰਦੇ ਆ। ਅਤੇ ਤੂੰ ਕਿੱਦਾਂ ਚ ਘੁੰਮਦਾ ਫਿਰਦਾ, ਪੜ੍ਹਦਾ ਨਹੀਂ ਹੈ? ਪੜ੍ਹਦਾ ਨਾ। ਕਿੰਨਵੀਂ ਪੜ੍ਹਦਾ? 8ਵੀਂ ਚ। ਕਿੰਨਵੀਂ ਚ? 7ਵੀਂ ਚ। 7ਵੀਂ ਪੜ੍ਹਦਾ? ਨਹੀਂ, 8ਵੀਂ। 8ਵੀਂ ਚ? ਅਤੇ ਅੱਜ ਕਿਵੇਂ ਆਇਆ ਇੱਧਰ, ਖੇਤ ਕਿੱਦਾਂ, ਘੁੰਮਣ ਲਈ? ਹਾਂ, ਘੁੰਮਣ ਵਾਸਤੇ। ਅਤੇ ਇੰਨੀ ਕੰਡ ਲੜਦੀ ਹੈ, ਇੰਨੀ ਧੂੜ ਉੱਡਦੀ ਹੈ, ਤਾਂ ਗਲਤ ਸੁਣਾ, ਇੰਨੀ ਧੂੜ ਉੱਡਦੀ ਆ, ਅਤੇ ਤੂੰ ਘਰੇ ਬੈਠ ਔਰ ਏਸੀ ਦੇ ਵਿੱਚ ਆਪਣਾ ਅਜਵਾਇ ਕਰ, ਮਜ਼ੇ ਲੈ। ਲੈਟ ਘਣੀ? ਹਾਂ, ਲੈਟ ਘਣੀ ਹੈ ਨਾ ਕਿ ਲੈਟ। ਅਤੇ ਏਸੀ ਤੋਂ ਬਿਨਾਂ ਪੱਖਾ ਤਾਂ ਚੱਲਦਾ ਹੋਊਗਾ ਇਨਵੈਟਰ ਤੇ? ਚੱਲਦਾ। ਹਾਂ, ਕਿੰਨੀ ਜ਼ਮੀਨ ਆ ਤੇਰੇ, ਕਿੰਨੀ ਕਣਕ ਹੈ ਇਸ ਵਾਰ, ਕਿੰਨੇ ਕਿੱਲੇ ਆ ਤੇਰੇ ਡੈਡੀ ਹਰਾ ਕੋਲੇ? ਹਾਂ, ਕਿਵੇਂ? ਨਹੀਂ ਪਤਾ। ਅੱਛਾ, ਨਹੀਂ ਪਤਾ। ਔਰ ਡੈਡੀ ਤੇਰਾ ਕਿੱਥੇ ਆ? ਹੁਣ ਥੱਲੇ ਲਾਵੇਗਾ 2 ਮਿੰਟ। ਹੈਂ, ਥੰਗਦਾ ਆਪਾਂ ਤੁਹਾਨੂੰ ਪਿਓਰ ਪੰਜਾਬੀ ਬੰਦੇ ਨਾਲ ਮਿਲਾਉਂਦੇ ਹਾਂ, ਪਿਓਰ ਜਿਹੜਾ ਬਾਰਡਰ ਵਾਲੇ ਬੰਦੇ। ਕਾਕੋ ਅਜੇ ਬੱਚਾ ਥੋੜ੍ਹਾ ਸੰਗਦਾ, ਅਤੇ ਕਵੀਰ ਨੇ ਇਹ ਪੜ੍ਹਦਾ ਹੋਊਗਾ ਮੇਰੇ, 8ਵੀਂ 10ਵੀਂ 'ਚ ਪੜ੍ਹਦਾ। ਅਤੇ ਕੰਬਾਈਨ ਆਪਣੀ ਕੱਲ੍ਹ ਦੀ ਆ ਗਈ ਸੀ ਇੱਥੇ ਇਸ ਏਰੀਏ 'ਚ, ਜਾਣੀ ਕਿ ਆਪਣੇ ਕੋਲ ਇੱਥੇ ਅਸੀਂ ਆਸ ਤੱਕ ਕੇ ਆਏ ਤਕਰੀਬਨ 125-150 ਦੇ ਲਗਭਗ ਆਪਣਾ ਇੱਥੇ ਏਰੀਆ ਹੋਊਗਾ। ਅਜੇ ਆਪਣੇ ਕੋਲ ਏਰੀਆ ਹੋਰ ਹੈਗਾ, ਦਰਿਆ ਤੋਂ ਪਾਰ ਆਪਾਂ ਮਸ਼ੀਨ ਟਪਾਉਣੀ ਆ ਵਿਹੜੇ 'ਤੇ। ਅਸੀਂ ਅੱਜ ਤੋਂ ਪਹਿਲੋਂ ਵੀ ਟਪਾਈ ਸੀ, ਅੱਜ ਤੋਂ 3 ਸਾਲ ਪਹਿਲੇ ਇਹ ਜੱਸੀ ਟਪਾਈ ਸੀ, ਅਤੇ ਇਸ ਵਾਰ ਆਪਾਂ 1200 ਟਪਾਵਾਂਗੇ। ਉਹ 1200 ਆਪਾਂ ਹੋਰ ਏਰੀਏ ਭੇਜਤੀ, ਜਿੱਥੇ 4600 ਚੱਲਦੀ ਆਪਣੇ ਉੱਥੇ ਭੇਜਤੀ ਆਪਾਂ 1200। ਅਤੇ ਜਿੱਥੇ ਹੁਣ ਆਪਣੀ 4600 ਚੱਲਦੀ ਆ, ਉੱਥੋਂ ਪੱਟ ਕੇ ਲਾਉਣੀ ਇਸ ਏਰੀਏ 'ਚ। ਇੱਥੇ ਕੱਲ੍ਹ ਆਪਣੇ ਕੋਲ ਕੰਮ ਫੁੱਲ ਆ, ਦੋਵਾਂ ਕੰਬਾਈਨਾਂ ਦਾ ਪੂਰਾ ਜ਼ੋਰਾਂ 'ਤੇ ਆ, ਇਹਦੇ ਕਰਕੇ ਆਪਾਂ ਨੂੰ ਕੰਬਾਈਨ ਲਿਆਉਣੀ ਪਊਗੀ ਇੱਥੇ। ਅਤੇ ਉੱਥੇ ਵੀ ਕੰਮ ਤਾਂ ਬਹੁਤ ਜ਼ਿਆਦਾ, ਉਹ ਪਿੰਡ ਵੀ ਉੱਥੇ ਅੱਜ ਪਹੁੰਚ ਗਿਆ, ਪਿੰਡ ਆਪਣਾ ਏਰੀਆ ਹੋ ਗਿਆ ਜੀ ਸਾਫ਼, ਬਿਲਕੁਲ ਖਾਲੀ ਕਰਤਾ ਆਪਾਂ। ਅਤੇ ਜੱਸੀ ਆਪਣੀ ਉਹ ਚੱਲਦੀ ਆ, ਅਤੇ ਕਣਕਾਂ ਦੇਖ ਲਓ ਇੱਥੇ ਕਿੰਨੀਆਂ ਭਾਰੀਆਂ ਨੇ। ਬਾਰਡਰ ਏਰੀਆ
ਕਣਕ ਬਹੁਤ ਜ਼ਿਆਦਾ ਭਾਰੀ ਆ, ਜਿੰਨੀ ਬਹੁਤ ਤਗੜੀ ਆ, ਜਾਣੀ ਕਿ ਇੱਥੇ 65-75 ਦੀ ਔਫਤ ਆ ਰਹੀ ਆ। ਮਣਾਂ ਦੇ ਸਾਡੇ ਮਣਾਂ ਦੇ ਹਿਸਾਬ ਚੱਲਦਾ ਜਿੱਦਾਂ 25 ਕੁਇੰਟਲ ਦੇ ਆਸ ਪਾਸ ਆ ਰਹੀ ਆ, ਵੀ 25 ਕੁਇੰਟਲ ਦੇ ਲਗਭਗ ਆ ਰਹੀ ਜਿਹੜੇ ਏਰੀਏ 'ਚ ਕੁਇੰਟਲਾਂ ਚੱਲਦਾ, ਅਤੇ ਜਿਹੜੇ ਏਰੀਏ ਸਾਡੇ ਚੱਲਦਾ ਮਣਾਂ ਦੇ ਵਿੱਚ ਮਣ ਦੇ ਹਿਸਾਬ ਨਾਲ, ਯਾਨੀ ਕਿ 40 ਕਿਲੋ, ਇਹ 65-70 ਪਲੱਸ ਆ ਰਹੀ ਹੈ ਇੱਥੇ ਐਵਰੇਜ। ਜਿਹੜਾ ਸਾਡਾ ਏਰੀਆ ਉੱਥੇ ਆਈ ਆ 45-50 ਦੇ ਪਲੱਸ ਹੈ ਅਲੱਗ ਅਲੱਗ ਏਰੀਏ 'ਤੇ। ਬਾਕੀ ਕਣਕ ਬਹੁਤ ਤਗੜੀ ਆ, ਮਸ਼ੀਨ ਵੀ ਦੇਖ ਲਓ ਸੁਬਾਹ ਦੀ ਚਲਾਈ ਆ, ਤਾਂ 100 ਲੀਟਰ ਡੀਜ਼ਲ ਪਾ ਤਾ ਇਹਦੇ 'ਚ, ਅਤੇ 40 ਪਿੱਲੋ ਹੈਗਾ ਸੀ, 100 ਨਹੀਂ 120 40 ਪਿੱਲੋ ਸੀ ਜੀ, 160 ਲੀਟਰ ਡੀਜ਼ਲ ਟੋਟਲ ਸੀ ਇਹਦੇ ਵਿੱਚ। ਤਾਂ ਹੁਣ ਸ਼ਾਮ ਨੂੰ ਪਤਾ ਲੱਗੋ ਕਿੰਨੇ ਕਿਲੇ ਵਧਾਵਾਂਗੇ ਅਤੇ ਕਿੰਨਾ ਆਪਣਾ ਡੀਜ਼ਲ ਖਾ ਗਈ ਆ। ਅਤੇ ਇੱਕ ਬੰਦਾ ਆ ਲੱਗਿਆ ਜੀ ਸਾਹਮਣੇ, ਤੁਹਾਨੂੰ ਇਹਦੇ ਨਾਲ ਮਿਲਾਉਂਦੇ ਹਾਂ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ, ਸਤਿ ਸ਼੍ਰੀ ਅਕਾਲ ਬੁਲਾ ਪਹਿਲਾਂ, ਹਾਂ ਕਿਹੜੇ ਦੁਆਨਾ ਇਹ ਬੰਦਾ ਕਹਿੰਦਾ ਜੀ ਆਹ ਚੱਕ ਲੂਗੀ ਕਿ ਨਹੀਂ, ਇਹ ਵੱਟ ਹੈ ਆਪਣੀ ਵੈਸੇ ਵੱਡੀ, ਚੱਕੇ ਤਾਂ ਜਾ ਸਕਦਾ ਹੈ, ਬਾਕੀ ਫਿਰ ਮਿੱਟੀ ਵਿੱਚ ਫਸ ਗਈ ਤਾਂ ਫਿਰ ਹੈ ਉਹ ਵੀ ਅੱਗੇ ਉੱਥੇ ਵਸਾਈ ਸੀ ਤਾਂ ਕਟਰ ਚੌਕ ਹੈ, ਚੱਕਾ ਜਾਊਗਾ ਇਹ, ਕੋਈ ਰਹਿ ਗਿਆ ਬਾਅਦ ਵਿੱਚ ਚੁੱਕ ਲੈ, ਇਹ ਤੁਹਾਨੂੰ ਦੱਸਣਾ ਇਹ ਬਾਅਦ ਵਿੱਚ ਚੁੱਕ ਲੂ ਫਿਰ ਜਿਹੜਾ ਰਹਿ ਗਿਆ ਰਹਿਣ ਦੇ ਨਾ ਵੱਢ, ਇੱਕ ਵਾਰ ਬਾਅਦ 'ਚ ਵੱਢ ਲਈ, ਹੈ ਇੱਧਰ ਬਾਅਦ 'ਚ ਵੱਢ ਲਈ। ਚੱਲ ਠੀਕ ਹੈ, ਚੱਲ ਪਿੰਡ ਕਿਹੜਾ ਤੇਰਾ? ਫਾਰੂ ਵਾਲਾ ਚੁੱਕੇ ਗਏ, ਫਾਰੂ ਵਾਲਾ ਪਿੰਡ ਆ, ਫਾਰੂ ਵਾਲਾ। ਅਤੇ ਆ ਵੇ ਇੱਥੇ ਬਾਕੀ ਤਾਂ ਮੰਤਰੀ ਜਿਹੜੇ ਬੈਠੇ ਉੱਪਰ ਆ, ਆਪਾਂ ਇਹ ਹੁਣ ਮੇਨ ਮਾਲਕ ਨਾਲ ਬਣਾਉਂਦੇ ਜਿਹਦੀ ਜ਼ਮੀਨ ਹੈ ਜਿਹਦੇ ਫਸਲ ਵੱਢ ਰਹੇ ਤਾਂ ਬੱਚਾ ਸੀ। ਅਤੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਓ, ਇਹਨੂੰ ਪਿੱਛੋਂ ਵੱਗ ਗਈ ਉਹ ਟਰਾਲੀ ਜਾਣੇ ਕੇ ਫਿੱਟ ਕਰਨਾ ਇਹਨੇ, ਚੱਲਦਾ ਪੀਂਦੇ ਹਾਂ ਅਤੇ ਆਉਂਦਾ ਫਿਰ ਤੁਹਾਨੂੰ ਮਿਲਾਉਂਦੇ ਹਾਂ। ਇਹ ਜੇ ਜੀ 3 ਭਰਾ ਆ ਇਹ ਪਿੰਡ ਫਾਰੂ ਵਾਲੇ ਦੇ ਵਿੱਚ, ਬਹੁਤ ਤਰੱਕੀ ਕਰ ਰਹੇ ਵਿਚਾਰੇ, ਤਕਰੀਬਨ ਇਹਨਾਂ ਨੇ 3 ਕਿੱਲਿਆਂ ਤੋਂ 35 ਕਿੱਲੇ ਜ਼ਮੀਨ ਬਣਾਈ ਆ, ਯਾਨੀ ਕਿ ਮਿਹਨਤ ਨਾਲ ਹੀ ਬਣਾਈ ਆ ਆਪਣੀ, 3 ਕਿੱਲੇ ਤਾਂ ਇਹਨਾਂ ਨੂੰ ਉਹਦੇ ਬਾਰੇ ਵੀ ਯਾਨੀ ਕਿ ਸਮਾਂ ਆਪਾਂ ਨੂੰ ਦੱਸਦਾ ਵੀ ਸ਼ੁਰੂ ਤੋਂ ਆਪਣੇ ਕੋਲ 3 ਕਿੱਲੇ ਜ਼ਮੀਨ ਸੀ, ਤਿੰਨਾਂ ਤੋਂ 35 ਕਿੱਲੇ ਜ਼ਮੀਨ ਬਣਾਈ ਆ, ਵੀ ਬਹੁਤ ਮਿਹਨਤ ਕੀਤੀ ਵਿਚਾਰਿਆਂ, ਬਹੁਤ ਜਿੰਨੀ ਵੀ ਕਹਿ ਦਿਓ ਉੰਨੀ ਮਿਹਨਤ ਕੀਤੀ ਆ। ਮਿਹਨਤ ਅੱਜ ਤੋਂ ਮੈਂ 15 ਸਾਲ ਪਹਿਲੇ ਆਉਂਦਾ ਰਹਾ ਸੀ ਇਹਨਾਂ ਕੋਲ, ਉਦੋਂ ਤਕਰੀਬਨ 15 ਕਿੱਲਿਆਂ ਦਾ ਗੇਟ ਗਾ ਸੀ ਇਹਨਾਂ ਕੋਲ 15 ਸਾਲ ਪਹਿਲੇ, ਅਤੇ ਬੰਦੇ ਬਹੁਤ ਵਧੀਆ ਨੇ ਇਹਨਾਂ ਦਾ। ਇਹ ਆ ਜੀ ਇਹ ਸੂਲਾ, ਜੇਕਰ ਆਪਣੇ ਇੱਥੇ ਆਪਣੀ ਬੇਸ਼ਕ ਦੀ ਕਣਕ ਖੜੀ ਰਹਿ, ਇਹਨਾਂ ਨੇ ਪਹਿਲਾਂ ਪਾਸੇ ਉਡਾਉਣੀ, ਜੇ ਕੋਈ ਵੀ ਕੰਬਾਈਨ ਲਾਉਂਦਾ ਉਹਨੂੰ ਮਿਹਨਤ ਕਰੂਗਾ, ਮਿਹਨਤ ਦਾ ਫਲ ਜ਼ਰੂਰ ਦਿੰਦੇ ਆ ਇਹ, ਵੀ ਆਪਣੀ ਕਣਕ ਰੋਕ ਕੇ ਅਤੇ ਪਹਿਲਾਂ ਉਹਨੂੰ ਪਾਸੇ ਵਢਾਉਣਗੇ, ਬਾਅਦ ਵਿੱਚ ਆਪਣੇ ਲਾਉਣਗੇ, ਇੰਨਾ ਇਹ ਆਪਣਾ ਕਰਦੇ ਆ ਜੀ। ਅਤੇ ਇਹਨਾਂ ਦਾ ਪਿਛਲੀ ਵਾਰ ਆਪਾਂ 12-46 ਇਕੱਲੀ ਸੀ, ਇੱਕ ਸਾਲ ਆਪਾਂ 4600 ਵੀ ਭੇਜੀ ਆ, ਅਤੇ ਇਸ ਵਾਰ ਜੱਸੀ ਆਈ ਤਾਂ ਪਹਿਲਾਂ ਵੀ ਜੱਸੀ ਆਉਂਦੀ ਰਹੀ ਇੱਥੇ, ਆਈ ਮਾੜਾ ਜਿੱਤਰ ਨੂੰ ਇੱਧਰ ਕਲੈਕਟ ਹੀ ਨਹੀਂ ਆਉਣੀ, ਮਾਲ ਦੇਖੋ ਕਿੰਨਾ ਸਾਫ਼ ਆ, ਇੱਧਰ ਆਇਆ ਮਾੜਾ ਜਿਹਾ, ਕਿੱਧਰ ਨਿਕਲਿਆ ਜਾਂਦਾ, ਥੱਲੇ ਨਹੀਂ ਇੱਥੇ ਉੱਤੇ ਆਇਆ, ਦਾਣਾ ਵਿੱਚ ਖਲੋ ਟਰਾਲੀ ਦੇ, ਨਹੀਂ ਪੈਂਦੀ ਗਾਲਾਂ। ਪਹਿਲੇ ਇਹ ਦੱਸ ਮੈਨੂੰ ਵੀ ਆਪਣਾ ਨਾਂ ਤੇ ਪਿੰਡ ਦੱਸ, ਪਹਿਲਾਂ ਪਿੰਡ ਕਿਹੜਾ ਆਪਣਾ? ਆਪਣਾ ਪਿੰਡ ਫਾਰੂ ਵਾਲਾ। ਨਾਂ ਦੱਸੋ ਕੀ ਆਪਣਾ? ਨਾਂ ਆਪਣਾ ਬਲਵਿੰਦਰ ਸਿੰਘ। ਅੱਛਾ ਬਲਵਿੰਦਰ ਸਿੰਘ ਹੈ, ਤੇ ਹੁਣ ਝਾੜ ਬਾਰੇ ਦੱਸੋ ਵੀ ਝਾੜ ਇਸ ਵਾਰ ਕਿਵੇਂ ਜਾ ਰਿਹਾ ਆਪਣਾ? ਝਾੜ ਬਹੁਤ ਵਧੀਆ, ਜਿੰਨਾ ਕੁ ਮਾਲਕ ਨੇ ਰੱਖਣਾ ਓਨੇ ਚ ਹੀ ਰੱਖਣਾ। ਨਹੀਂ ਰੱਖਣਾ ਨਹੀਂ, ਪਿਛਲੇ ਸਾਲ ਤੇ ਐਤਕੀ ਦਾ ਕੁਛ ਫਰਕ ਨਿਕਲਿਆ? ਝਾੜ ਹੈਗਾ। ਕਿੰਨਾ ਝਾੜ ਨਿਕਲਿਆ ਐਤਕੀ? ਐਤਕੀ 50 ਦੇ ਪਲੱਸ ਆ।
ਨਹੀਂ ਯਾਰ ਮੈਂ 65-10 ਬੈਠਾ ਵਿੱਚ ਵੀਡੀਓ ਦੇ 50 ਦੇ ਪਲੱਸ ਨਹੀਂ ਮੈਂ 65-70 ਕੰਜਾਂ 65-70 ਵੀ ਨਿਕਲਿਆ ਹੈਗਾ ਜੇ ਸਵਾ ਕਿੱਲੇ ਦਾ ਕਿੱਲਾ ਹੈ ਤਾਂ ਫਿਰ ਤਾਂ 65 ਨਹੀਂ ਤਾਂ ਉਹਦਾ 50 ਹੈ ਹਾਂ 50-55 ਦਾ ਹੈਗਾ ਹੀ ਆ 50-45 ਨਹੀਂ ਹੈਗਾ ਹਨਾ 55-50 ਚ ਦੱਸਦੇ ਆ ਜੀ ਤੇ ਤਕਰੀਬਨ ਇੱਕ ਹੀ ਫਸਲ ਚੰਗੀ ਆਪਣੇ ਵੈਸੇ ਜਿਹਨਾਂ ਦੇ ਵਿਚਾਰਿਆਂ ਗੜਾ ਮਾਰੀ ਵੀ ਹੋਈ ਹੈ ਵਿੱਚ ਬਹੁਤ ਜ਼ਿਆਦਾ ਉਹਦਾ ਕਰਮਾ ਦੀ ਖੇਡ ਹਾਂ ਇਹ ਤਾਂ ਹੈ ਤੇ ਦੂਜਾ ਬੇਲੀ ਕਿੱਥੇ ਆਪਣਾ ਉਹ ਆਪਣੇ ਮਸ਼ੀਨ ਦੇ ਉੱਪਰ ਨਹੀਂ ਉਹ ਨਹੀਂ ਤੀਜਾ ਤੀਜਾ ਕਿਆ ਮਿਹਨਤੀ ਕਰਨਾ ਅੱਛਾ ਉਹ ਕੰਮ ਘੱਟ ਕਰਦਾ ਹਨਾ ਉਹ ਤੁਰੇ ਫਿਰ ਰਹਿੰਦਾ ਜ਼ਿਆਦਾ ਨਹੀਂ ਨਹੀਂ ਕੰਮ ਸਾਰੇ ਇੱਕੋ ਜਿੰਨਾ ਕਰੀ ਉਹ ਆ ਗਿਆ ਬੰਦਾ ਆ ਉਹ ਕਹਿੰਦੀ ਆ ਸਾਹਮਣੇ ਵਾਲੀ ਕਣਕ ਉਹ ਸਾਹਮਣੇ ਵਾਲੀ ਦੀ ਹੈ ਉਹਨੂੰ ਆਖ ਦੇਣਾ ਸੀਗਾ ਆਉਂਦੀ ਆ ਉਹਦੀ ਹੋਰ ਕਿਹੜੀ ਆ ਉਹ ਵੀ ਹੁੰਦੀ ਅੱਗੇ ਵਾਲੀ ਵੀ ਤੇ ਫਿਰ ਇਹਦੇ ਜ਼ਿਆਦਾ ਥਾਂ ਨਹੀਂ ਹੈਗਾ 3 ਕਿੱਲੇ ਦੱਸਦਾ 3.5-3 ਕਿੱਲੇ ਥਾਂ ਹੈਗਾ ਇਹਦੇ ਕੋਲੇ ਅਵੇ 3 ਕਿੱਲਿਆਂ ਲਾਮ ਆ ਹੀ ਸਿੱਧੀ ਤੇ 6 ਨਾਲ ਆ ਏ ਚੱਕਾ ਜਾਣਾ ਹੋ ਗਿਆ ਬਾਟ ਚ ਕੀ ਇੱਥੇ ਪਸਾਇਆ ਸੀ ਤੁਸੀਂ ਸੌ ਸੁਰ ਆ ਜਾਓ ਤੇ ਕੰਮ ਕੁੰਮ ਕਰ ਲਓ ਸੋਹਣਾ ਲੱਗਦਾ ਕਿ ਕਿਵੇਂ ਕੰਮ ਲੱਗਣਾ ਚਾਹੀਦਾ ਉਠਾ ਫਿਰ ਇਹਨੂੰ ਉਠਾ ਡੈਡੀ ਨੂੰ ਦੱਸ ਮਾਰਵਾਜ ਡੈਡੀ ਨੂੰ ਹੁਣ ਵਾਜ ਮਾਰੀ ਇੱਕ ਆ ਪਿਆਈ ਆ ਪਿਆਈ ਕਰ ਲੈ ਮਾੜਾ ਮੋਟਾ ਬਲਵਿੰਦਰ ਆ ਜਿਹੜੇ ਬੰਦੇ ਤੋਂ ਰੱਖੇ ਦਿਹਾੜੀਏ ਤੇਰੇ ਹਾਲ ਕਿੰਨਾ ਕੰਮ ਕਰਦੇ ਨੇ ਇੱਕ ਦਿਨ ਵਿੱਚ ਹੈਂ ਕਿੰਨਾ ਕੰਮ ਕਰ ਸਕਦੇ ਨੇ ਇੱਕ ਦਿਨ ਚ ਇਧਰ ਆ ਜੈ ਸ਼੍ਰੀ ਗੱਲ ਸੁਣ ਉਰਿਆ ਇਧਰ ਆ ਉਰੇ ਆ ਗੱਲ ਸੁਣ ਫਿਰ ਮੈਂ ਤੇਰਾ ਫੋਟੋ ਲਾ ਦੇਣੇ ਉਹੋ ਜਿਹਾ ਬਣਾ ਕੇ ਇਧਰ ਆ ਮੈਂ ਫਿਰ ਉਹ ਫੋਟੋ ਬਣਾ ਕੇ ਲਾ ਦੇਣਾ ਫਿਰ ਤੂੰ ਆਖਾਂਗਾ ਮੇਰਾ ਬੁੱਢਾ ਬਣਾ ਕੇ ਫੋਟੋ ਲਾ ਦਿੱਤੀ ਇੱਧਰ ਆ ਫਿਰ ਤੂੰ ਆਖੇ ਮੇਰੀ ਬੁੱਢੀ ਬਣਾ ਕੇ ਫੋਟੋ ਲਾ ਦਿੱਤੀ ਦੱਸਾਂ ਕੀ ਪਹਿਲਾਂ ਸਤਿ ਸ਼੍ਰੀ ਅਕਾਲ ਇੱਧਰ ਮੂੰਹ ਕਰ ਸਤਿ ਸ਼੍ਰੀ ਅਕਾਲ ਇੱਧਰ ਮੂੰਹ ਕਰਕੇ ਤੇ ਤੈਨੂੰ ਇੱਥੇ ਆ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਵੀ ਕਿਵੇਂ ਏਰੀਆ ਕਿੱਦਾਂ ਦਾ ਇੱਧਰ ਜਿੱਥੇ ਆਪਾਂ ਆਏ ਆਪਾਂ ਆਏ ਕਦੋਂ ਬਾਹਰ ਘਰੇ ਲੱਗੇ ਫਿਰਨੇ ਘਰ ਕਿਹੜਾ ਹੈ ਰਾਤ ਕਿੱਥੇ ਸੁੱਤੇ ਮਸ਼ੀਨ ਦਾ ਪੂਰਾ ਬਣ ਗਿਆ ਡਰਾਈਵਰ ਕਦੇ ਠੀਕ ਠਾਕ ਹੀ ਹੁਣ ਤਾਂ ਵਧੀਆ ਚਲਾ ਦਿੰਦਾ ਕਿਵੇਂ ਬੰਦਾ ਠੀਕ ਚਲਾਉਣਾ ਮਸ਼ੀਨ ਇਹਨੂੰ
ਘੰਟਾ ਮੰਨਦੀ ਮੈਂ ਵੀ ਅਸੀਂ ਆਪਾਂ ਜਮਾਨ ਕੇ ਚੱਲ ਵੀ ਓਦਾਂ ਕਿੱਲਾ ਵੜਨਾ ਵੇ ਨਾ ਚੌਰਸ ਤੇ ਉਹਨੂੰ ਲੱਗਦਾ ਅੱਧਾ ਘੰਟਾ ਠੀਕ ਹੈ ਇਹਦਾ ਆਪਾਂ ਲਾ ਲੈਂਦੇ 25 ਮਿੰਟ ਲਾ ਦਿੰਦੇ ਕਿੱਲੇ 'ਚ 25 ਮਿੰਟ ਮਸਾਂ ਲੱਗਣਗੇ 10 ਮਿੰਟ ਇੱਕ ਘੰਟਾ ਤਾਂ 10 ਮਿੰਟ ਮਸ਼ੀਨ ਵਿਹਲੀ ਹੋਣੀ ਆ ਇਹ 3 ਕਿੱਲਿਆਂ 'ਚੋਂ ਅਤੇ ਆਪਾਂ ਨੇ ਸ਼ੁਰੂ ਕਰ ਦਿੱਤੀ ਹੁਣ ਪਤਾ ਲੱਗੂਗਾ ਬਾਕੀ ਟਾਈਮ ਵੇਖਾਂਗੇ ਆਪਾਂ ਕਿੰਨਾ ਹੋ ਜਾਊਗਾ ਉਹ ਸਾਹਮਣੇ ਜਾ ਰਹੀ ਹੈ ਇੱਧਰ ਨੂੰ ਅਤੇ ਇੱਧਰ ਨੂੰ ਆਹ ਬਾਰਡਰ ਏਰੀਆ ਆ ਗਿਆ ਸਾਹਮਣੇ ਕਿਵੇਂ ਉੱਧਰ ਕਹਿੰਦਾ ਪਿਆ ਦੁਨੀਆਦਾਰੀ ਨੀ ਵੇਖੀ ਬਾਹਰ ਇਹ ਜਾਣੀ ਕਿ ਇੱਥੇ ਲੋਕਲ ਹੀ ਬੰਦਾ ਰਹਿੰਦਾ ਇੱਥੇ ਲਾਗੇ ਲਾਗੇ ਰਹਿੰਦਾ ਬਾਰਡਰ ਏਰੀਆ ਚ ਇਹ ਬਾਹਰ ਅੰਦਰ ਨੀ ਤੁਰਿਆ ਇਹਨੂੰ ਜ਼ਰੂਰ ਦੱਸਿਆ ਵੀ ਆਪਾਂ ਨੂੰ ਮੋਬਾਈਲ ਇਹ ਬਣਾਉਣ ਦੇ ਵਿੱਚ ਕੀ ਮਿਲਦਾ ਕੀ ਫਾਇਦਾ ਗਾ ਕੀ ਨੁਕਸਾਨ ਹੈ ਇਹਨੂੰ ਜ਼ਰੂਰ ਦੱਸਿਆ ਬੰਦੇ ਨੂੰ ਪਤਾ ਨਹੀਂ ਨਾਂ ਤਾਂ ਦੱਸ ਦੇ ਕੀ ਹੈ ਤੇਰਾ ਨਾਂ ਡੱਬੂ 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 ਕਿਹੜਾ ਇੱਕ ਤਾਂ ਡੱਬੂ ਹੋਰ ਹੁੰਦਾ ਡੱਬੂ ਕੀੜਾ ਪੈਂਦਾ ਕੁੱਤਾ ਪੈਂਦਾ ਕਿਹੜਾ ਡੱਬੂ ਹੈ ਤੂੰ ਡੱਬੂ ਉਹ ਜਿਹੜਾ ਵਲਾਈਤਣਾ ਗੋਚ ਚ ਨਵਾ ਕੇ ਚੱਕਦੀ ਆ ਪੰਜਾਬੀ ਬੰਦੇ ਨੂੰ ਸਾਬਣ ਨਹੀਂ ਉਹ ਜੇ ਲੱਭਦਾ ਤੂੰ ਕਿਹਾ ਨਾ ਪੰਜਾਬੀ ਬੰਦੇ ਨੂੰ ਸਾਬਣ ਜਾਂ ਸ਼ੈਂਪੂ ਨਹੀਂ ਤੈਨੂੰ ਆਦਤ ਨਾ ਅੜ ਜਾਵੇ ਨਾ ਤੇ ਬਹੁਤ ਵਧੀਆ ਗੱਲ ਹੈ ਤੂੰ ਕੰਪੈਂਡਾ ਕੰਪੂਨਾਂ ਦਾ ਕੰਮ ਕਰ ਤੇ ਕੰਪੈਂਡ ਉਹ ਸਾਹਮਣੇ ਚੱਲਦੀ ਵੀ ਉਹ ਦਿਖਦੀ ਵੀ ਮਗਰ ਰਹਿੰਦੇ ਮਾਲਕ ਬੰਦਾ ਮਗਰ ਰਹਿੰਦਾ ਮਗਰ ਹਰ ਜੇ ਥੋੜਾ ਗੇੜੇ ਕੱਢੀ ਜਾਂਦੇ ਯਾਰ ਸਿੱਟੇ ਡੇਗੀ ਜਾਂਦੀ ਏ ਸਿੱਟੇ ਕਿਧਰ ਡੇਗਦੀ ਏ ਕਿਧਰ ਡੇਗਦੀ ਏ ਆ ਵੇਖ ਤੈਨੂੰ ਵਿਖਾ ਲੈਣ ਚੱਲ ਵੀਡੀਓ ਬਣਾ ਚੱਲ 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 ਆ ਚਲੀ ਉੱਠ ਉੱਠ ਚੱਲ ਵਿਖਾ ਕੇ ਲਿਆ ਮੰਜੇ ਦੇ 4 ਪੈਸੇ ਲਾ ਲਓ ਕਿੱਧਰ ਜਾ ਰਿਹਾ ਆਪਣੇ ਬੰਦੇ ਗਏ ਆ ਤਕਰੀਬਨ ਆਪਣੀ ਮਸ਼ੀਨ ਵੱਢ ਸਕਦੀ ਏਰੀਆ ਜੇ ਦੂਸਰੀ ਵੀ ਆ ਗਈ ਤੇ ਫਿਰ ਆਪਾਂ ਦੋਵੇਂ ਟਪਾ ਦੇਵੇ ਇੱਕ ਦਿਨ ਤੂੰ ਕਿਵੇਂ ਬਹਿ ਗਿਆ ਉੱਤੇ ਕਿਵੇਂ ਬਹਿ ਗਿਆ ਉੱਠ ਬਹਿਣਾ